ਮੰਮੀ ਜੀ ਆ ਥੋੜੇ ਜਿਹੇ ਕੱਪੜੇ ਸੁੱਕਣੇ ਪਾ ਦੂੰਗੀ ਮੈਂ ਘਰ ਦਾ ਕੰਮ ਕਰ ਲਾਂ ਕੁੜੇ ਮੇਰੇ ਤਾਂ ਅੱਗੇ ਅੱਗ ਲਾਉਣੇ ਗੋਡੇ ਦੋਖਦੇ ਤੂੰ ਆਪ ਹੀ ਸੁੱਕਣੇ ਪਾ ਲੈ ਸੰਦੀਪ ਆ ਚਾਹ ਬਣਾਈ ਆ ਤੂੰ ਤੈਨੂੰ ਚਾਹ ਨਹੀਂ ਬਣਾਉਣੀ ਆਉਂਦੀ ਕਿ ਤੈਨੂੰ ਕਿੰਨੀ ਵਾਰੀ ਦੱਸਿਆ ਕਿ ਚਾਹ ਚੱਜ ਨਾ ਬਣਾਇਆ ਕਰ ਉਰੇ ਆਏ ਉਰੇ ਲੜਾਈ ਹੋਣ ਲੱਗੀ ਆ ਦੇਖ ਕੱਪੜੇ ਆ ਉਹਦੇ ਸਰਫ ਝੱਕਣ ਡੇ ਆ ਮੰਮੀ ਸਹੀ ਕਹਿੰਦੇ ਆ ਕੋਈ ਕੰਮ ਨਹੀਂ ਚੱਜ ਨਾ ਕਰਨਾ ਆਉਂਦਾ ਤੈਨੂੰ ਕੀ ਕਹਿੰਦੇ ਆ ਗਵਾਂਢੀ ਦੇਖਣ ਦੇ ਆ ਉਹ ਤਾਂ ਬੋਲੇ ਕੁਛ ਨੇ ਕਿ ਆ ਜਾ ਤੂੰ ਹੁੰਦੀ ਤਾਂ ਹਟਣਾ ਨਹੀਂ ਹੈ ਇੰਨਾ ਚ ਲੜਾਈ ਨਹੀਂ ਹੋਈ ਸੰਦੀਪ ਚਾਹ ਪਾਣੀ ਲੈ ਕੇ ਆ ਲੋ ਜੀ ਵਾਹ ਪਜੀਰੀ ਖਾ ਕੇ ਦੇਖੋ ਵਾਹ ਬਹੁਤ ਸਵਾਦ ਆ ਪਜੀਰੀ ਦਾ ਮੈਨੂੰ ਸੱਚੀ ਦੱਸੋ ਮੈਨੂੰ ਸੱਚੀ ਕੋਈ ਕੰਮ ਨਹੀਂ ਕਰਨਾ ਆਉਂਦਾ ਮੈਨੂੰ ਕੰਮੀ ਆ ਓ ਯਾਰ ਸਵੇਰੇ ਗੁੱਸਾ ਕਿਸੇ ਹੋਰ ਗੱਲ ਦਾ ਸੀਗਾ ਪਰ ਤੇਰੇ ਤੇ ਨਿਕਲ ਜਾਣਾ ਸੀ ਵਧੀਆ ਤੂੰ ਸਵੇਰੇ ਨਹੀਂ ਬੋਲੀ ਕੁਛ ਹਾਂਜੀ ਨਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਨਾ ਪਲੀਜ਼ ਮੈਨੂੰ ਅੰਦਰ ਆ ਕੇ ਰੂਮ 'ਚ ਕਹਿ ਦਿਆ ਕਰੋ